ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਇਲਾਜ ਲਈ ਹਸਪਤਾਲਾਂ ਦੇ ਧੱਕੇ ਖਾ ਰਿਹਾ ਹੈ ਵਿਅਕਤੀ। ਆਯੁਸ਼ਮਾਨ ਕਾਰਡ ਹੋਣ ਦੇ ਬਾਵਜੂਦ ਨਹੀਂ ਮਿਲ ਰਿਹਾ ਮੁਫਤ ਇਲਾਜ। ਪੀੜਤ ਨੇ ਇੰਡੀਅਨ ਕਿਡਨੀ ਡਾਇਲਸਿਸ ਹਸਪਤਾਲ ਤੇ ਲਾਏ ਵੱਡੇ ਆਰੋਪ। ਸਰਕਾਰ ਆਯੁਸ਼ਮਾਨ ਯੋਜਨਾ ਦੇ ਤਹਿਤ ਲੋਕਾਂ ਨੂੰ ਮੁਫਤ ਇਲਾਜ ਦੇਣ ਦੇ ਦਾਅਵੇ ਤਾਂ ਕਰਦੀ ਹੈ, ਪਰ ਜਲੰਧਰ 'ਚ ਸਰਕਾਰ ਦੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਨੇ, ਜਿੱਥੇ ਇੱਕ ਵਿਅਕਤੀ ਆਪਣੀ ਪਤਨੀ ਜਿਸ ਦੀਆਂ ਦੋਵੇਂ ਕਿਡਨੀਆਂ ਖਰਾਬ ਨੇ ਉਸਦਾ ਇਲਾਜ ਕਰਾਉਣ ਲਈ ਵੱਖ ਵੱਖ ਹਸਪਤਾਲਾਂ 'ਚ ਧੱਕੇ ਖਾ ਰਿਹਾ ਹੈ। ਪੀੜਤ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਸਦਾ ਆਯੁਸ਼ਮਾਨ ਕਾਰਡ ਵੀ ਬਣਾਇਆ ਗਿਆ, ਪਰ ਉਹ ਜਿੱਥੇ ਵੀ ਜਾਂਦਾ ਹੈ ਉਸਨੂੰ ਅੱਗੇ ਕਿਸੇ ਹੋਰ ਹਸਪਤਾਲ 'ਚ ਭੇਜ ਦਿੱਤਾ ਜਾਂਦਾ ਹੈ। ਇਸੇ ਤਹਿਤ ਜਦੋਂ ਉਹ ਇੰਡੀਅਨ ਕਿਡਨੀ ਡਾਇਲਸਿਸ ਹਸਪਤਾਲ ਪਹੁੰਚਿਆ ਤਾਂ ਹਸਪਤਾਲ ਪ੍ਰਸ਼ਾਸਨ ਨੇ ਉਸ ਤੋਂ ਪੈਸੇ ਦੀ ਮੰਗ ਕੀਤੀ ਤੇ ਮੁਫਤ ਇਲਾਜ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਵਿਅਕਤੀ ਵੱਲੋਂ ਹਸਪਤਾਲ ਪ੍ਰਸ਼ਾਸਨ ਤੇ ਹੋਰ ਵੀ ਕਈ ਆਰੋਪ ਲਗਾਏ ਗਏ ਨੇ। ਇਹ ਮੇਰੀ ਵਾਈਫ ਹੈ, ਇਹਨਾਂ ਦਾ ਨਾਂ ਹੈਗਾ ਸੁਨੀਤਾ ਰਾਣੀ। ਇਹਨਾਂ ਦੀਆਂ ਦੋਨੇ ਕਿਡਨੀਆਂ ਜਿਹੜੀਆਂ ਨਾ ਉਹ ਖਰਾਬ ਹੈ ਤੇ ਮੈਂ ਅਲੱਗ ਅਲੱਗ ਸਮੇਂ ਦੇ ਵਿੱਚ ਆਯੁਸ਼ ਮੰਤਰਾਲਿਆ ਵਾਲਿਆਂ ਦਾ ਕਾਰਡ ਜਿਹੜਾ ਹੈ ਅਤੇ ਮੇਰਾ ਇਲਾਜ ਫਰੀ ਹੁੰਦਾ, ਜਿਸ ਲਈ ਮੈਂ ਸਿਵਲ ਹੋਸਪਿਟਲ ਜਾਂਦਾ। ਜਿਸ ਲਈ ਸਿਵਲ ਹੋਸਪਿਟਲ ਤੋਂ ਬਾਹਰਲੇ ਦੂਸਰੇ ਹੋਸਪਿਟਲਾਂ ਦੇ ਵਿੱਚ ਮੈਂ ਜਾਂਦਾ, ਉੱਥੇ ਮੇਰਾ ਕੁਛ ਖਰਚਾ ਆਉਂਦਾ, ਯਾਨੀ ਕਿ ਆਉਣ ਜਾਣ ਦਾ ਜਾਂ ਲਓ ਕੁਛ। ਜੇ ਕਿਸੇ ਵੇਲੇ ਡਾਕਟਰ ਸਾਹਿਬ ਕੋਲ ਕੋਈ ਦਵਾਈ ਹੈਗੀ ਆ ਅਤੇ ਉਹ ਕਹਿ ਦਿੰਦੇ ਆ ਵੀ ਭਾਅ ਜੀ ਸਾਡੇ ਕੋਲ ਦਵਾਈ ਅਵੇਲੇਬਲ, ਉਹ ਅਸੀਂ ਲਾ ਲੈਂਦੇ ਹਾਂ, ਜਿਹੜੀ ਨਹੀਂ ਹੈਗੀ ਉਹ ਲਿਆਉਣੀ ਪੈਂਦੀ। ਉਹਦੇ ਕਰਕੇ ਮੈਂ ਖਰਚਾ ਨਹੀਂ ਚੱਲ ਸਕਦਾ ਕਿਉਂਕਿ 1 ਸਾਲ ਹੋ ਗਿਆ ਇਹਦੀਆਂ ਦੋਨੇ ਕਿਡਨੀਆਂ ਡੈਮੇਜ, ਮੈਂ ਕੋਈ ਕੰਮ ਵੀ ਨਹੀਂ ਹੈਗਾ, ਮੇਰੇ ਕੋਲ ਸਰਕਾਰੀ ਸਰਵਿਸ ਵੀ ਨਹੀਂ ਹੈਗੀ। ਇਸ ਕਰਕੇ ਮੈਂ ਨਾ ਹੁਣ ਵੀ ਸਿਵਲ ਹੋਸਪਿਟਲ ਦੇ ਵਿੱਚ ਦਾਖਲ ਹਾਂ। ਆਹ ਦੇਖ ਲਓ ਮੇਰੇ ਕੋਲ ਫਾਈਲ ਆ। ਉਹਨਾਂ ਨੇ ਮੈਨੂੰ ਅਲੱਗ ਅਲੱਗ ਸਮੇਂ ਦੇ ਵਿੱਚ ਕਈਆਂ ਹੋਸਪਿਟਲਾਂ ਦੇ ਵਿੱਚ ਭੇਜਿਆ, ਲੇਕਿਨ ਉੱਥੇ ਕੋਈ ਇੱਦਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਹੁਣ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਡਾਇਲਿਸਿਸ ਦੀ ਜ਼ਰੂਰਤ ਆ, ਡਾਇਲਿਸਿਸ ਜਿਹੜੀ ਹੈਗੀ ਮੈਂ ਕਰਵਾਉਣ ਵਾਸਤੇ ਉਹਨਾਂ ਨੇ, ਮੈਡਮਾਂ ਨੇ ਮੈਨੂੰ ਇਹ ਗੱਲ ਕਹੀ ਹੈਗੀ ਆ ਵੀ ਤੁਸੀਂ ਉਹ ਫਲਾਣੇ ਹੋਸਪਿਟਲ ਚਲ ਜਾਓ, ਉੱਥੇ ਜਾ ਕੇ ਆਈਲੈਟਸ ਹੋਸਪਿਟਲ ਹੈ ਉੱਥੇ ਚਲ ਜਾਓ, ਉੱਥੇ ਜਾ ਕੇ ਤੁਹਾਡਾ ਇਲਾਜ ਹੋਊਗਾ, ਤੁਸੀਂ ਡਾਇਲਿਸਿਸ ਕਰਵਾ ਲਓ। ਮੈਂ ਉੱਥੇ ਲੈ ਕੇ ਆਇਆ ਜੀ ਕਾਰਡ, ਉਹਨਾਂ ਨੇ ਡਾਕਟਰ ਸਾਹਿਬ ਉਹਨਾਂ ਨੇ ਮੇਰੀ ਬੜੀ ਅੱਛੇ ਤਰੀਕੇ ਨਾਲ ਗੱਲ ਸੁਣੀ ਹੈ ਅਤੇ ਉਹ ਕਹਿੰਦੇ ਵੀ ਤੁਸੀਂ ਇੱਦਾਂ ਕਰੋ ਵੀ ਇੰਡੀਅਨ ਕਿਡਨੀ ਹੋਸਪਿਟਲ ਚਲ ਜਾਓ, ਉੱਥੇ ਦੇ ਡਾਕਟਰ ਹੀ ਮੈਂ ਬੁਲਾਉਂਦਾ ਹੁੰਦਾ ਇੱਥੇ ਜਿਹੜੇ ਮੈਨੂੰ ਜ਼ਰੂਰਤ ਪੈਂਦੀ ਆ, ਅਤੇ ਤੁਸੀਂ ਉੱਥੇ ਚਲ ਜਾਓ, ਮੈਂ ਉੱਥੇ ਫੋਨ ਕਰ ਦਿੰਦਾ। ਉਹਨਾਂ ਨੇ ਫੋਨ ਕੀਤਾ ਆ ਉਹਨਾਂ ਨੂੰ ਵੀ ਇੱਕ ਮੈਂ ਪੇਸ਼ੈਂਟ ਭੇਜ ਰਿਹਾ ਹੈਗਾ, ਆਯੁਸ਼ ਮੰਤਰਾਲਿਆ ਵਾਲਿਆਂ ਦਾ ਕਾਰਡ ਹੈ ਉਹਦੇ ਕੋਲ, ਉਹਦੇ 'ਤੇ ਉਹਦਾ ਇਲਾਜ ਜਿਹੜਾ ਉਹਨੂੰ ਜੇ ਡਾਇਲਿਸਿਸ ਹੁੰਦੀ ਆ ਡਾਇਲਿਸਿਸ ਕਰ ਦਿਓ, ਜੇ ਉਹਨੂੰ ਦਵਾਈ ਦੇ ਨਾਲ ਸੈੱਟ ਹੁੰਦਾ ਤਾਂ ਦਵਾਈ ਦੇ ਨਾਲ ਕਰ ਦਿਓ, ਅਤੇ ਲੇਕਿਨ ਉਹਨਾਂ ਨੂੰ ਉਹਨਾਂ ਦਾ ਕਰ ਦਿਓ ਇਲਾਜ। ਕਹਿੰਦੇ ਕੋਈ ਗੱਲ ਨਹੀਂ ਜੀ ਭੇਜ ਦਿਓ। ਜਿਸ ਲਈ ਮੈਂ ਇਡਨੀ ਕਿਡਨੀ ਹੋਸਪਿਟਲ ਮੈਂ ਗਿਆ ਹਾਂ ਅਤੇ ਉੱਥੇ ਉਹਨਾਂ ਨੇ ਮੇਰੇ ਕੋਲੋਂ ਪੈਸੇ ਮੰਗੇ, ਕਹਿੰਦੇ ਜੀ ਪੈਸੇ ਦਿਓ। ਮੈਂ ਕਿਹਾ ਮੈਡਮ ਜੀ ਮੇਰਾ ਤਾਂ ਇਲਾਜ ਫਰੀ ਹੋਣਾ, ਮੇਰੇ ਕੋਲ ਕਾਰਡ ਹੈ। ਉਹ ਕਹਿੰਦੀ ਕਾਰਡ 'ਤੇ ਇਲਾਜ ਨਹੀਂ ਹੋਣਾ, ਤੁਸੀਂ ਮੈਨੂੰ ਪੈਸੇ ਦਿਓ, ਜੇ ਤਾਂ ਪੈਸੇ ਹੈਗੇ ਆ ਤਾਂ ਠੀਕ ਆ, ਨਹੀਂ ਤਾਂ ਤੁਸੀਂ ਜਾਓ। ਮੈਂ ਕਿਹਾ ਜੀ ਤੁਸੀਂ ਇੱਕ ਵਾਰੀ ਡਾਕਟਰ ਸਾਹਿਬ ਉਹਨਾਂ ਨਾਲ ਮੈਨੂੰ ਮਿਲਾ ਦਿਓ। ਉਹਨਾਂ ਨੇ ਡਾਕਟਰ ਸਾਹਿਬ ਉਹਨਾਂ ਨੂੰ ਮੈਂਡ ਵੀ ਨਹੀਂ ਦਿੱਤਾ ਅਤੇ ਮੈਨੂੰ ਉਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਡਾਕਟਰ ਸਾਹਿਬ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਅਤੇ ਪੈਸੇ ਲੱਗਣੇ ਹੀ ਲੱਗਣੇ। ਮੈਂ ਕਿਹਾ ਜੀ ਪੈਸੇ ਮੇਰੇ ਕੋਲ ਹੈ ਨਹੀਂ। ਉਹ ਕਹਿੰਦੇ ਵੀ ਤੁਸੀਂ ਪੇਸ਼ੈਂਟ ਆਪਣਾ ਲੈ ਲਓ। ਉੱਥੋਂ ਮੈਂ ਪੇਸ਼ੈਂਟ ਆਪਣਾ ਲੈ ਕੇ ਆਇਆ, ਮੈਂ ਫਿਲਮ ਵੀ ਬਣਾਈ ਆ ਜੀ ਉਹਨਾਂ ਦੀ, ਅਤੇ ਉਸ ਡਾਕਟਰ ਨੇ ਮੇਰੇ ਨਾਲ ਬਦਤਮੀਜ਼ੀ ਵੀ ਕੀਤੀ, ਜਿਹੜੇ ਪਤਾ ਲੱਗ ਗਿਆ ਵੀ ਮੈਂ ਫਿਲਮ ਉੱਥੇ ਬਣਾਈ ਆ ਅਤੇ ਉਹ ਬਾਹਰ ਆਇਆ।
ਤੇ ਉਹਨੇ ਮੇਰੀ ਗੱਲ ਨਹੀਂ ਸੁਣੀ, ਉਹ ਬਦਤਮੀਜ਼ੀ ਦੇ ਨਾਲ ਮੇਰੇ ਨਾਲ ਪੇਸ਼ ਆਇਆ, ਇਹ ਕੀ ਕਰਦਾ ਇਹ ਕੀ ਕਰਦਾ, ਇਹ ਜਾਣੀ ਕਿ ਇੱਦਾਂ ਕੁਛ ਨਹੀਂ। ਕਾਰਨ ਜੀ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਉਹ ਕੀ ਕਾਰਨ ਮੰਨਦੇ ਆ ਕੀ ਨਹੀਂ ਮੰਨਦੇ, ਇਹ ਤਾਂ ਮੈਨੂੰ ਨਹੀਂ ਪਤਾ। ਲੇਕਿਨ ਮੇਰਾ ਜਦ ਸਿਵਲ ਹਸਪੀਟਲ ਦੇ ਵਿੱਚ ਇਲਾਜ ਫ੍ਰੀ ਹੁੰਦਾ ਅਤੇ ਉੱਥੇ ਵੀ ਫ੍ਰੀ ਹੋਣੇ ਚਾਹੀਦਾ ਜਦ ਉਹਨਾਂ ਨੇ ਮੈਨੂੰ ਭੇਜਿਆ ਤਾਂ। ਇਸ ਮੌਕੇ ADC ਨੇ ਪੀੜਤ ਨੂੰ ਭਰੋਸਾ ਦਵਾਇਆ ਕਿ ਜੇ ਹਸਪਤਾਲ ਆਯੁਸ਼ਮਾਨ ਯੋਜਨਾ ਦੇ ਅਧੀਨ ਆਉਂਦਾ ਅਤੇ ਮੁਫ਼ਤ ਇਲਾਜ ਦੇਣ ਤੋਂ ਮਨਾ ਕਰ ਰਿਹਾ ਤਾਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਇੱਕ ਇਹਦੇ ਨਾਲ ਇੱਕ ਲੇਡੀ ਹੈ ਜਿਹੜੀ ਵੀਲਚੇਅਰ 'ਤੇ ਸੀਗੀ, ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਥੋੜ੍ਹੀ ਕਿਡਨੀ ਦੀ ਕੋਈ ਪ੍ਰੋਬਲਮ ਹੈ ਅਤੇ ਹੀ ਇਜ਼ ਇਨ ਹੋਲਡਰ ਆਫ ਆਯੁਸ਼ਮਾਨ ਕਾਰਡ ਆਲਸੋ, ਅਤੇ ਅਸੀਂ ਇਹਨਾਂ ਨੂੰ ਇੱਕ ਹੋਸਪਿਟਲ ਲਈ ਭੇਜ ਦਿੱਤਾ ਗਿਆ ਉੱਥੇ ਜਿਹੜਾ ਆਯੁਸ਼ਮਾਨ ਨਾਲ ਇਨਰੋਲਡ ਹੈ। ਸਰ, ਇਹਨਾਂ ਦਾ ਆਰੋਪ ਹੈਗਾ ਕਿ ਇੱਕ ਹੋਸਪਿਟਲ ਦੇ ਵਿੱਚ ਗਏ ਜਿਹਦਾ ਹੋਸਪਿਟਲ ਦਾ ਨਾਮ ਹੈ ਇੰਡੀਅਨ ਕਿਡਨੀ ਹੋਸਪਿਟਲ, ਜਿੱਥੇ ਇਹਨਾਂ ਨੇ ਆਯੁਸ਼ਮਾਨ ਕਾਰਡ ਦਿਖਾਇਆ ਮਗਰ ਡਾਕਟਰਾਂ ਨੇ ਇਹਨਾਂ ਦਾ ਇਲਾਜ ਕਰਨ ਤੋਂ ਨਾ ਕਰ ਦਿੱਤੀ ਔਰ ਇਹਨਾਂ ਕੋਲ ਪੈਸੇ ਵੀ ਮਾਰ ਦਿੱਤੇ। ਦੇਖੋ, ਮੈਂ ਇੱਦਾਂ ਦੇ ਜੇ ਐਲੀਗੇਸ਼ਨ ਹੈਗੇ ਆ ਹੋਸਪਿਟਲ ਦੇ ਅਗੇਂਸਟ, ਤਾਂ ਜੇ ਆਯੁਸ਼ਮਾਨ ਵਿੱਚ ਇਨਰੋਲਡ ਹੈ ਤਾਂ ਜੇਕਰ ਸਾਡੇ ਇੱਦਾਂ ਦੀ ਕੋਈ ਰਿਟਰਨ ਕੰਪਲੇਂਟ ਆਉਂਦੀ ਤਾਂ ਅਸੀਂ ਐਕਸ਼ਨ ਲਵਾਂਗੇ ਫਿਰ। ਬਾਕੀ ਵੀ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਹੋਸਪਿਟਲ ਆਯੁਸ਼ਮਾਨ ਵਿੱਚ ਇਨਰੋਲਡ ਨੇ ਉਹ ਜੇ ਆਯੁਸ਼ਮਾਨ ਕਾਰਡ ਵੈਲਿਡ ਹੈ ਕਿਸੇ ਪੇਸ਼ੈਂਟ ਦਾ ਤਾਂ ਇਲਾਜ ਉਹਦਾ ਪੂਰਾ ਹੋਣਾ ਚਾਹੀਦਾ। ਸਰ, ਉਹਨੇ ਆਪਣੀ ਗੱਲ ਵੀ ਦੱਸੀ ਹੈ ਤੁਹਾਨੂੰ, ਉਹਨੇ ਇਹ ਵੀ ਦੱਸਿਆ ਕਿ ਮੇਰੇ ਕੋਲ ਡਾਕਟਰ ਨੇ ਪੈਸੇ ਮੰਗੇ ਹੈ, ਸਿਵਲ ਹਸਪਤਾਲ ਤੋਂ ਰੈਫਰ ਕੀਤਾ ਗਿਆ, ਫਿਰ ਵੀ ਪੈਸੇ ਦੀ ਡਿਮਾਂਡ ਕੀਤੀ ਜਾ ਰਹੀ ਹੈ। ਦੇਖੋ, ਉਹ ਜਿੱਦਾਂ ਦੀ ਉਹਦੀ ਹਿਸਟਰੀ ਸੀ ਪੇਸ਼ੈਂਟ ਦੀ, ਉਹਨੇ ਦੱਸਿਆ ਕਿ ਉਹ ਮਲਟੀਪਲ ਹੋਸਪਿਟਲ ਵਿਜ਼ਿਟ ਕਰ ਚੁੱਕਾ ਹੈ ਫੋਰ ਵਨ ਔਰ ਅਦਰ ਰੀਜ਼ਨ। ਜੇਕਰ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਅਸੀਂ ਫਿਰ ਤੋਂ ਇਹ ਗੱਲ ਕਰਨੇ ਹਾਂ ਕਿ ਵੀ ਵਿਲ ਟੇਕ ਐਕਸ਼ਨ। ਹਾਸਪਿਟਲ ਨੂੰ ਵੀ ਇਹ ਚਾਹੀਦਾ ਕਿ ਜੇ ਆਯੁਸ਼ਮਾਨ ਕਾਰਡ ਹੋਲਡਰ ਹੈ ਤਾਂ ਉਹਦਾ ਇਲਾਜ ਵਧੀਆ ਕਰੋ। ਤਾਂ ਇੱਥੋਂ ਸਾਫ਼ ਹੋ ਰਿਹਾ ਕਿ ਸਰਕਾਰ ਲੋਕਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਤਾਂ ਕਰਦੀ ਹੈ, ਪਰ ਉਸਦੀ ਜ਼ਮੀਨੀ ਹਕੀਕਤ ਇਹ ਮਾਮਲਾ ਬਿਆਨ ਕਰ ਰਿਹਾ ਹੈ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to savdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free 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 Mia Rafiq Mohammed, mobile 84374946 ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲਾਟਰੀ ਤੋਂ ਧਨ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 788 0 48 88 6 17।